तो पंजाब दे विच या देश दे विच बहुत सारे लोग कहे जे हुंदे ने जिन्हां नूं जिन्हां कोल कलाकारी हुंदी है, टैलेंट हुंदा, पर मौका नहीं मिलदा। हाय माया तों बिन मन चंद्रे नूं मोह नहीं आउंदा माही दा, जे विच मित्रा जाउण लई कुछ पैसा होना चाहीदा, जे विच मित्रा जाउण लई कुछ बैलेंस रख चाहीदा। साबर कोटी दा एक छोटा जा गीत हो जाए। कंडे जिन्ने होण तिखे फुल ना हुंदा सोना, कंडे जिन्ने होण तिखे फुल ना हुंदा सोना, साडे अपने नी होए ता पराया कित्थों होना, पराया कित्थों होना। कंडे जिन्ने होण तिखे फुल ना हुंदा सोना। बुरे होए दे दुख निंगे कोटे लैन दवाई जाना, डॉक्टर ने जो दसियां कमियां सेव संतरा खाना, केड़े मोड़ ते पै जाने लोड़ा की पता है राही दा, जे विच मित्रा जाने लई कुछ पैसा होना चाहिदा। ਐਡੀ ਸੋਹਣੀ ਆਵਾਜ਼ ਆ, ਪਹਿਲਾਂ ਕੋਈ ਗਾਣਾ ਤੁਹਾਡਾ ਰਿਲੀਜ਼ ਹੋਇਆ ਕੋਈ? ਗਾਣੇ ਕਾ ਵਿਚਾਰ 15-20 ਸਾਲ ਪਹਿਲਾਂ ਹੋਏ ਸੀ, ਕੈਸ਼ ਟੱਕਾ ਵੇਖ ਜੀ ਜਦੋਂ ਜਮੀਨ ਜੀ ਕੋਈ ਬਸ ਐਂ ਬਾਜਤ ਬੋਜ ਘੱਟ ਸੀ ਜੀ, ਗਰੀਬੀਆਂ ਸੀਗੀਆਂ, ਦਿਹਾੜੀ ਦਾ ਪਈ ਕਰਦੇ ਆ ਪਾੜ ਤੋਂ ਤੂੰ ਬਸ, ਮਤਲਬ ਗਰੀਬੀ ਜਿਹੜੀ ਹੈਗੀ ਆ ਉਹ ਜਿਹੜਾ ਜਿਹੜਾ ਹੈਗਾ ਕੋਈ ਸਾਥ ਨਹੀਂ ਕਿ ਤੂੰ ਗਰੀਬੀ 'ਚ, ਬਸ ਗਰੀਬੀ 'ਚ ਰਹੇ। जिन्नी मर्जी किसे ते रत डोल ले, जिन्ना मर्जी प्यार नार बोल ले, जिन्नी मर्जी किसे ते रत डोल ले, जिन्ना मर्जी प्यार नार बोल ले, ए हे खंजुआ च डुबड़े नुहा जांदे ने। ਇੰਨਾ ਮਿੱਠਾ ਵੀ ਨਾ ਹੋਵੀਂ ਦਿਲਾ ਮੇਰਿਆ, ਮਿੱਠੀਆਂ ਚੀਜ਼ਾਂ ਨੂੰ ਲੋਕੀ ਖਾ ਜਾਂਦੇ ਨੇ, ਮਿੱਠਾ ਵੀ ਨਾ ਹੋਵੀਂ ਦਿਲਾ ਮੇਰਿਆ, ਮਿੱਠੀਆਂ ਚੀਜ਼ਾਂ ਨੂੰ ਲੋਕੀ ਖਾ ਜਾਂਦੇ ਨੇ। ਜੀ ਬੇਟੀ ਇੱਕ ਮੈਨੂੰ ਕਿਹਾ ਸੀ ਡੈਡੀ ਮੇਰੇ ਬਾਰੇ ਬਦਾਮ ਲੈ ਕੇ ਸੱਤ ਤਰੀਕ ਨੂੰ ਤਨਖਾਹ ਮਿਲਦੀ ਹੈ, ਉੱਥੇ ਗਾਣਾ ਆ ਗਿਆ ਜੀ। ਅੱਜ ਮਿਲੂ ਤਨਖਾਹ ਮੈਨੂੰ ਗੋਡੇ ਗੋਡੇ ਚ, ਅੱਜ ਮਿਲੂ ਤਨਖਾਹ ਮੈਨੂੰ ਗੋਡੇ ਗੋਡੇ ਚ, ਤੇ ਨਾਲੇ ਰਾਸ਼ਨ ਮਾਲਾ ਜੋ ਸਾਰਾ ਕਰਦਾ, ਪੈਸੇ ਚਰਨੋਂ ਨੂੰ ਜਾ ਕੇ ਮੈਂ ਫੜਾਉ, ਔਰ ਜਾ ਕੇ ਮੁੰਡਿਆਂ ਦੇ ਮਾਰੂ ਚਾਰ ਜੁੱਤੀਆਂ, ਤੇ ਧੀਆਂ ਵਾਸਤੇ ਬਦਾਮ ਲੈ ਕੇ ਜਾਊ। ਅੱਜ ਮੈਨੂੰ ਤਨਖਾਹ ਮੈਨੂੰ ਗੋਡੇ ਗੋਡੇ ਚਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੀ ਨਿਊਜ਼ ਪੰਜਾਬ ਤੇ, ਮੈਂ ਤੁਹਾਡਾ ਦੋਸਤ ਦਿਲਬਾਗ ਜਖਮੀ। ਤਾਂ ਦੋਸਤੋ, ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਕਲਾਕਾਰੀ ਹੁੰਦੀ ਹੈ, ਟੈਲੈਂਟ ਹੁੰਦਾ, ਪਰ ਮੌਕਾ ਨਹੀਂ ਮਿਲਦਾ। ਤੇ ਬਹੁਤ ਸਾਰੇ ਲੋਕ ਜਿਨ੍ਹਾਂ ਤੁਸੀਂ ਡੀ ਨਿਊਜ਼ ਪੰਜਾਬ ਤੇ ਪਹਿਲਾਂ ਦੇਖ ਵੀ ਚੁੱਕੇ ਹੋ। ਸੋ ਦੋਸਤੋ, ਅੱਜ ਸਾਡੇ ਨਾਲ ਬਾਈ ਚਮਕੌਰ ਜੀ ਨੇ, ਪਿੰਡ ਬੀੜਤਲਾ ਬਠਿੰਡਾ ਤੋਂ, ਉਹਨਾਂ ਦੇ ਘਰ ਆਏ ਹੋਏ ਆ, ਬਹੁਤ ਸੋਹਣੀ ਆਵਾਜ਼ ਦੇ ਮਾਲਕ ਨੇ, ਬਾਈ ਜੀ ਦਾ ਸਵਾਗਤ ਕਰ ਲੈਂਦੇ, ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ, ਤੁਹਾਡੀ ਆਵਾਜ਼ ਸੁਣੀ ਜਦੋਂ ਆਪਾਂ ਪਹਿਲਾਂ ਮਿਲੇ ਸੀਗੇ, ਹੈ ਨਾ, ਬੜਾ ਦਿਲ ਨੂੰ ਛੂਹਦੀ ਹੈ ਤੁਹਾਡੀ ਆਵਾਜ਼। ਸ਼ੁਕਰੀਆ ਜੀ। ਸੋ ਪਹਿਲਾਂ ਇੱਕ ਨਮੂਨਾ ਦਰਸ਼ਕਾਂ ਨੂੰ ਆਵਾਜ਼ ਦਾ ਦਿਖਾ ਦਿਓ, ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਹਾਏ ਮਾਇਆ ਤੋਂ ਬਿਨ ਮਨ ਚੰਦਰੇ ਨੂੰ ਮੋਹ ਨਹੀਂ ਆਉਂਦਾ ਮਾਹੀ ਦਾ,
ਜੇਬ ਚ ਮਿੱਤਰਾ ਜਾਣ ਲਈ ਕੁਝ ਪੈਸਾ ਹੋਣਾ ਚਾਹੀਦਾ ਜੇਬ ਚ ਮਿੱਤਰਾ ਜਾਣ ਲਈ ਕੁਝ ਬੈਲੈਂਸ ਰੱਖਣਾ ਚਾਹੀਦਾ ਬੁੜੇ ਹੋਏ ਦੇ ਦੁਖਣਗੇ ਗੋਡੇ ਲੈਣ ਦਵਾਈ ਜਾਣਾ ਪੂ ਡਾਕਟਰ ਨੇ ਜੋ ਦੱਸੀਆਂ ਕਮੀਆਂ ਸੇਬ ਸੰਤਰਾ ਖਾਣਾ ਪੂ ਕਿਹੜੇ ਮੋੜ ਤੇ ਪੈ ਜਾਣ ਲੋੜਾ ਕੀ ਪਤਾ ਰਾਹੀ ਦਾ ਜੇਬ ਚ ਮਿੱਤਰਾ ਜਾਣ ਲਈ ਕੁਝ ਪੈਸਾ ਹੋਣਾ ਚਾਹੀਦਾ ਸਰਗਮ ਘਰ ਵਾਲੀ ਵੀ ਖੁਸ਼ ਹੋ ਦਿਉ ਪਰੌਠੇ ਲਾ ਕੇ ਵੀ ਪਾਪਾ ਪਾਪਾ ਕਹਿਣਗੇ ਬੱਚੇ ਗਲ ਵਿੱਚ ਬਾਹਾਂ ਪਾ ਕੇ ਵੀ ਹਾਏ ਰੁਗ ਰੁਪਈਆਂ ਦਾ ਹੈ ਲੱਗਦਾ ਧੀ ਨੂੰ ਜਦੋਂ ਵਿਆਹੀ ਦਾ ਜੇ ਵਿੱਚ ਮਿੱਤਰਾ ਜਾਣ ਲਈ ਕੁਝ ਪੈਸਾ ਹੋਣਾ ਚਾਹੀਦਾ ਜੇ ਵਿੱਚ ਮਿੱਤਰਾ ਜਾਣ ਲਈ ਕੁਝ ਬੈਲੈਂਸ ਰੱਖਣਾ ਚਾਹੀਦਾ ਬਿਲਕੁਲ ਬਾਈ ਜੀ ਬਹੁਤ ਸੋਹਣੀ ਤੁਹਾਡੀ ਆਵਾਜ਼ ਆ ਸ਼ੁਕਰੀਆ ਲਿਖਦੇ ਵੀ ਤੁਸੀਂ ਆਪ ਹੀ ਹਾਂ ਜੀ ਬਾਈ ਜੀ ਬਿਲਕੁਲ ਤੁਹਾਡੀ ਜਿਹੜੀ ਲਿਖਤ ਉਹ ਵੀ ਬਹੁਤ ਸੋਹਣੀ ਹੈ ਕਿ ਜ਼ਿੰਦਗੀ ਜਿਉਣ ਦੇ ਲਈ ਪੈਸਾ ਬਹੁਤ ਜ਼ਰੂਰੀ ਹੈ ਬਿਲਕੁਲ ਬਾਈ ਜੀ ਤੁਹਾਡੇ ਪਰਿਵਾਰ ਚ ਹੋਰ ਵੀ ਕੋਈ ਗਾਉਂਦਾ ਹੈ ਤੁਹਾਡੀ ਆਵਾਜ਼ ਏਡੀ ਸੋਹਣੀ ਹੈ ਕੋਈ ਗੋਡ ਗਿਫਟਡ ਹੈ ਬੱਚੇ ਕੋਸ਼ ਕਰੀ ਜਾਂਦੇ ਨਾਲ ਹੁਣ ਦੋ ਦੋ ਬੇਟੇ ਆ ਜੀ ਉਹ ਹੁਣ ਸ਼ੁਰੂ ਥੋੜਾ ਥੋੜਾ ਕਰ ਰਿਹਾ ਹੈ ਗਾਉਣਾ ਅੱਛਾ ਤੁਹਾਡੀ ਏਡੀ ਸੋਹਣੀ ਆਵਾਜ਼ ਆ ਪਹਿਲਾਂ ਕੋਈ ਗਾਣਾ ਤੁਹਾਡਾ ਰਿਲੀਜ਼ ਹੋਇਆ ਕੋਈ ਗਾਣੇ ਕਾਫੀ ਚਿਰ 15 20 ਸਾਲ ਪਹਿਲਾਂ ਹੋਏ ਸੀ ਕੈਸ਼ ਰੱਖ ਵੇਖ ਜਦੋਂ ਜਮੀਨ ਜੀ ਕੋਈ ਬਸ ਐਂ ਬਾਜਟ ਬੋਝ ਘੱਟ ਸੀਗੇ ਜੀ ਗਰੀਬੀਆਂ ਸੀਗੀਆਂ ਦਿਹਾੜੀ ਦਾ ਭਾਈ ਕਰਦੇ ਆ ਪੜ੍ਹ ਕਦੋਂ ਬਸ ਮਤਲਬ ਗਰੀਬੀ ਜਿਹੜੀ ਹੈਗੀ ਆ ਉਹ ਜ਼ਿਆਦਾ ਜਿਹੜਾ ਹੈਗਾ ਕੋਈ ਸਾਥ ਨਹੀਂ ਕਿਤੋਂ ਗਰੀਬੀ ਚ ਬਸ ਗਰੀਬੀ ਚ ਰਹੇ ਕਿਸੇ ਕਲਾਕਾਰ ਕੋਲੇ ਗਏ ਹੋ ਕਦੇ ਰਿਕੁਐਸਟ ਲੈ ਕੇ ਜਾਂ ਕਿਸੇ ਗੀਤਕਾਰ ਕੋਲੇ ਜਿਹੜੇ ਨਾਮਵਾਰ ਹੁੰਦੇ ਜਿਹਨਾਂ ਦਾ ਨਾਮ ਚੱਲ ਜਾਂਦਾ ਨਹੀਂ ਨਾਮਵਾਰ ਕਿਸੇ ਕੋਲ ਨਹੀਂ ਗਏ ਬਸ ਆਪਦੇ ਇੱਧਰ ਹੀ ਧਿਆਨ ਲਿਆ ਸਿੱਖਣ ਵੱਲ ਹੀ ਉਹ ਲੱਭਣੀ ਨੀ ਚੁਣੇ ਜੀ ਕੋਈ ਤੇਰੇ ਜੀ ਜਹਾਨ ਸਾਂ ਤੇਰੀ ਖਾਵਾ ਹੱਥ ਰੱਖ ਕੇ ਕੁਰਾਨ ਤੇ ਲੱਭਣੀ ਨੀ ਚੁਣੇ ਜੀ ਕੋਈ ਤੇਰੇ ਜੀ ਜਹਾਨ ਸਾਂ ਤੇਰੀ ਖਾਵਾ ਹੱਥ ਰੱਖ ਕੇ ਕੁਰਾਨ ਤੇ ਫੁੱਲਾ ਜਿਹਾ ਦਿਲ ਤੇਰਾ ਕਦੇ ਜੇ ਦੁੱਖਾਂ ਇਹ ਫੁੱਲਾਂ ਜਿਹਾ ਦਿਲ ਤੇਰਾ ਕਦੇ ਜੇ ਦੁੱਖਾਂ ਜੇ ਅੱਲਾ ਕਰੇ ਮੈਂ ਮਰ ਜਾਵਾਂ ਸੋ ਬਾਈ ਜੀ ਆਵਾਜ਼ ਤੁਹਾਡੀ ਦਰਸ਼ਕਾਂ ਨੇ ਸੁਣ ਲਈ ਹੈ ਇੱਕ ਵਾਰੀ ਫੇਰ ਸ਼ੁਕਰੀਆ ਬਹੁਤ ਸੋਹਣੀ ਆਵਾਜ਼ ਹੈ ਬਾਜੇ ਦੇ ਨਾਲ ਚਲੋ ਹੋਰ ਵੀ ਪਿਆਰੀ ਲੱਗਦੀ ਹੈ ਧੰਨਵਾਦ ਜੀ ਤੁਸੀਂ ਕਿਹਾ ਵੀ ਗਰੀਬੀ ਹੈ ਸਾਥ ਨਹੀਂ ਦਿੱਤਾ ਕਿਸੇ ਨੇ ਇੱਕ ਵਾਰੀ ਇੱਕ ਕੈਸਟ ਆਈ ਉਸ ਤੋਂ ਬਾਅਦ ਨਹੀਂ ਚੱਲੇ ਬਿਲਕੁਲ ਉਸ ਤੋਂ ਬਾਅਦ ਘਰ ਦੀ ਗਰੀਬੀ ਲੈ ਕੇ ਪੈ ਗਈ ਹੈਨਾ ਤੁਸੀਂ ਸਾਰਾ ਕੁਝ ਦੱਸ ਦਿੱਤਾ ਇੱਕ ਨਗਮਾ ਜਿਹੜਾ ਲਾਈਵ ਇੱਕ ਹੋਰ ਹੋ ਜੇ ਕਿਸੇ ਵੀ ਚਾਹੇ ਹਿੰਦੀ ਹੋਵੇ ਚਾਹੇ ਪੰਜਾਬੀ ਇੱਕ ਤੁਹਾਡਾ ਮੈਂ ਗਾਣਾ ਤੁਹਾਡਾ ਰਿਕਾਰਡ ਹੋਇਆ ਪਿਆ ਜੇ ਤੁਸੀਂ ਉਹਦੀਆਂ ਦੋ ਲੈਣਾ ਜ਼ਰੂਰ ਜੇ ਸੁਣਾਓ ਤਾਂ ਬਹੁਤ ਪਿਆਰੀ ਆਵਾਜ਼ ਆ ਤੁਹਾਡੀ ਉਹ ਚ ਜਿੰਨੀ ਮਰਜ਼ੀ ਕਿਸੇ ਤੇ ਰੱਤ ਡੋਲ ਲੈ ਜਿੰਨਾ ਮਰਜ਼ੀ ਪਿਆਰ ਨਾਲ ਬੋਲ ਲੈ ਜਿੰਨੀ ਮਰਜ਼ੀ ਕਿਸੇ ਤੇ ਰੱਤ ਡੋਲ ਲੈ ਜਿੰਨਾ ਮਰਜ਼ੀ ਪਿਆਰ ਨਾਲ ਬੋਲ ਲੈ ਇਹ ਹੰਝੂਆਂ ਚ ਡੁੱਬੜੇ ਨਹਾ ਜਾਂਦੇ ਨੇ ਹਾ 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 ਇੰਨਾ ਮਿੱਠਾ ਵੀ ਨਾ ਹੋਵੀ ਦਿਲਾ ਮੇਰਿਆ ਮਿੱਠੀਆਂ ਚੀਜ਼ਾਂ ਨੂੰ ਲੋਕੀ ਖਾ ਜਾਂਦੇ ਨੇ ਮਿੱਠਾ ਵੀ ਨਾ ਹੋਵੀ ਦਿਲਾ ਮੇਰਿਆ ਮਿੱਠੀਆਂ ਚੀਜ਼ਾਂ ਨੂੰ ਲੋਕੀ ਖਾ ਜਾਂਦੇ ਨੇ ਬਾਈ ਜੀ ਗਾਣਾ ਤੁਹਾਡਾ
ਬਹੁਤ ਸੋਹਣਾ ਚਲੋ ਤੁਸੀਂ ਦੋ ਲੈਣਾ ਸੁਣਾਈਆਂ ਪਰ ਪੂਰਾ ਮੈਂ ਸੁਣਿਆ ਹੋਇਆ ਕਦੋਂ ਤੱਕ ਰਿਲੀਜ਼ ਹੋ ਜਾਊਗਾ ਕੀ ਕੋਈ ਦਿੱਕਤ ਆ ਰਹੀ ਹੈ ਇਸ ਚੀਜ਼ ਚ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਬਈ ਬੇਟ ਅਡਿਕਟ ਉਹਨੇ ਪ੍ਰੋਜੈਕਟ ਨਵਾਂ ਲਾ ਰਹੇ ਆ ਜੀ ਉਹ ਜੀ ਅਮਿਤ ਭਾਅ ਜੀ ਬੜਾ ਪਿਆਰ ਕਰਦੇ ਆ ਜੀ ਉਹਨਾਂ ਨੇ ਮੈਨੂੰ ਜਨਵਰੀ ਵਿੱਚ ਤੱਕ ਕਿਹਾ ਜੀ ਅੱਛਾ ਜਨਵਰੀ ਚ ਗਾਣਾ ਪੂਰਾ ਜਨਵਰੀ ਵਿੱਚ ਉਹਨਾਂ ਨੇ ਸਟਾਰਟ ਕਰਨਾ ਜੋ ਵੀ ਕਰਨਾ ਹੈਗਾ ਨਾਮ ਆਪਦਾ ਸ਼ੁਰੂ ਮਤਲਬ ਉਹ ਮੋਨੇ ਦੇ ਬੇਟ ਚ ਹੈਗਾ ਜੀ ਅੱਛਾ ਇਸ ਤੋਂ ਇਲਾਵਾ ਹੋਰ ਵੀ ਕੋਈ ਪ੍ਰੋਜੈਕਟ ਆ ਰਿਹਾ ਜਿਵੇਂ ਇਹ ਤਾਂ ਤੁਹਾਡਾ ਗਾਣਾ ਆ ਹੀ ਰਿਹਾ ਜਨਵਰੀ ਦੇ ਵਿੱਚ ਨਹੀਂ ਹੋਰ ਕੋਈ ਨਹੀਂ ਹੋਰ ਤਾਂ ਬਸ ਲਿਖੀ ਜਾਂਦੇ ਹੋਰ ਨਵੇਂ ਗਾਣੇ ਜੀ ਆ ਕੁਛ ਨਹੀਂ ਰਿਹਾ ਜੀ ਲਿਖਦੇ ਵੀ ਤੁਸੀਂ ਆਪ ਹਾਂ ਜੀ ਆਪ ਕਿਹੜੇ ਕਿਹੜੇ ਵਿਸ਼ਿਆਂ ਤੇ ਲਿਖ ਚੁੱਕੇ ਹੋ ਹੁਣ ਜਿਵੇਂ ਰੋਮਾਂਟਿਕ ਹੁੰਦਾ ਜਾਂ ਕੋਈ ਦਰਦ ਭਰੇ ਵੀ ਗੀਤ ਹੁੰਦੇ ਨੇ ਕੋਈ ਸਮਾਜਿਕ ਗੀਤ ਵੀ ਹੁੰਦੇ ਨੇ ਮੇਰੇ ਸਮਾਜਿਕ ਗਾਣੇ ਸਾਰੇ ਮੈਂ ਕਦੇ ਹਥਿਆਰਾਂ ਤੋਂ ਰੰਗ ਜਾਂ ਇਹਨਾਂ ਅਸਲਿਆਂ ਦਾ ਸ਼ਰਾਬਾਂ ਦਾ ਗਾਣਾ ਲਿਖਿਆ ਕਦੇ ਵਾਸਤੇ ਮੇਰੇ ਤਾਂ ਆਪਦੇ ਵਜੋਂ ਘਰੇਲੂ ਜਿਵੇਂ ਮੋਹ ਪਿਆਰ ਆਪਣੇ ਰਿਸ਼ਤਿਆਂ ਦੇ ਜੀ ਉਹ ਗਾਣੇ ਹਰ ਜੀ ਆਪ ਆਸੇ ਪਾਸੇ ਅਬਜ਼ਰਵ ਕਰਦੇ ਹੋ ਚੀਜ਼ਾਂ ਆਸੇ ਪਾਸੇ ਸਿੱਖ ਲੈਂਦੇ ਹੋ ਨਹੀਂ ਬੇਟੀ ਇੱਕ ਮੈਨੂੰ ਕਹਿੰਦੀ ਡੈਡੀ ਮੇਰੇ ਬਾਦ ਬਦਾਮ ਲੈ ਕੇ ਆਓ ਸੱਤ ਤਰੀਕ ਨੂੰ ਤਨਖਾਹ ਮਿਲਦੀ ਹੈ ਉੱਥੇ ਗਾਣਾ ਆ ਗਿਆ ਜੀ ਅੱਜ ਮਿਲੂ ਤਨਖਾਹ ਮੈਨੂੰ ਗੋਡੇ ਗੋਡੇ ਚ ਅੱਜ ਮਿਲੂ ਤਨਖਾਹ ਮੈਨੂੰ ਗੋਡੇ ਗੋਡੇ ਚ ਤੇ ਨਾਲੇ ਰਾਸ਼ਨ ਮਾਲਾ ਜੂ ਸਾਰਾ ਕਰਦਾ ਪੈਸੇ ਚਰਨੋਂ ਨੂੰ ਜਾ ਕੇ ਮੈਂ ਫੜਾਂਗਾ ਔਰ ਜਾ ਕੇ ਮੁੰਡਿਆਂ ਦੇ ਮਾਰੂ ਚਾਰ ਜੁੱਤੀਆਂ ਤੇ ਧੀਆਂ ਵਾਸਤੇ ਬਦਾਮ ਲੈ ਕੇ ਜਾਊਂਗਾ ਅੱਜ ਮਿਲੂ ਤਨਖਾਹ ਮੈਨੂੰ ਗੋਡੇ ਗੋਡੇ ਚਾ ਬਿਲਕੁਲ ਧੀਆਂ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਜੀ ਬਿਲਕੁਲ ਜੀ ਬਿਲਕੁਲ ਧੀਆਂ ਦੇ ਜਿਹੜੇ ਮਤਲਬ ਬਰਾਬਰ ਦਾ ਅੱਜ ਕੱਲ੍ਹ ਜਿਹੜਾ ਸਮਾਜ ਹੈਗਾ ਵੈਸੇ ਬਹੁਤ ਬਦਲ ਚੁੱਕਿਆ ਪਹਿਲਾ ਜ਼ਮਾਨਾ ਹੁੰਦਾ ਸੀ ਕਿਤੇ ਧੀਆਂ ਨਾਲ ਲੋਕ ਫਰਕ ਰੱਖਦੇ ਸੀਗੇ ਖੈਰ ਬਹੁਤ ਸੋਹਣੀ ਚੀਜ਼ ਤੁਸੀਂ ਲਿਖਦੇ ਹੋ ਬਾਈ ਜੀ ਤੁਹਾਡੀ ਆਵਾਜ਼ ਏਡੀ ਸੋਹਣੀ ਆ ਤੁਸੀਂ ਕਹਿੰਦੇ ਗਰੀਬੀ ਨੇ ਮਾਰ ਲਏ ਹਨਾ ਵਿੱਚ ਰਹਿ ਗਿਆ ਕੰਮ ਜੇ ਹੁਣ ਤੁਹਾਡੀ ਵੀਡੀਓ ਦੇਖ ਕੇ ਕੋਈ ਸ਼ਖਸ ਅੱਗੇ ਆਵੇ ਤੁਹਾਡੀ ਆਵਾਜ਼ ਦੇਖ ਕੇ ਕਹੇ ਕਿ ਹਾਂ ਅਸੀਂ ਸਾਰਾ ਖਰਚਾ ਕਰਨ ਨੂੰ ਤਿਆਰ ਆ ਜਾਂ ਰਿਕਾਰਡ ਕਰਨ ਨੂੰ ਤਿਆਰ ਆ ਤੁਹਾਨੂੰ ਰੱਬ ਮੰਨਾਂਗੇ ਆਪਣਾ ਚਾਹੋਗੇ ਰੱਬ ਮੰਨਾਂਗੇ ਜੀ ਮਨ ਕੋਈ ਮਿਲਣ ਹੋ ਜੇ ਉਸ ਦੇ ਡੀਜ ਤੇ ਬੈਠੇ ਅੱਜ ਤੱਕ ਕੋਈ ਆਵੇ ਸ਼ਾਇਦ ਇੱਥੇ ਬੈਠੇ ਪਹਿਲਾਂ ਤੁਹਾਡੇ ਆਉਣ ਦਾ ਪਹਿਲਾਂ ਮੈਂ ਸੋਚੀ ਹੁੰਦਾ ਹੁਣ ਕੋਈ ਆਵੇ ਯਾਰ ਪੜਦੇ ਰਹੀਦਾ ਕੋਈ ਸੋਚ ਡਰਨਾ ਕੋਈ ਕਿਸਮਤ ਬਦਲੂਗੀ ਕਦੋਂ ਬਦਲੂਗੀ ਇਸੇ ਇੰਤਜ਼ਾਰ ਚ ਹੈ ਤੁਹਾਡੇ ਨਾ ਆਵਾਜ਼ ਸਾਬਰਕੋਟੀ ਨਾਲ ਮੈਚ ਕਰਦੀ ਹੈ ਮੈਂ ਜਿਸ ਤੱਕ ਦੇਖਿਆ ਸਾਬਰਕੋਟੀ ਦਾ ਜੇ ਛੋਟਾ ਜਿਹਾ ਗੀਤ ਹੋ ਜੇ ਤਾਂ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਨਾ ਹੁੰਦਾ ਸੋਹਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਨਾ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਤਾਂ ਪਰਾਇਆ ਕਿੱਥੋਂ ਹੋਣਾ ਪਰਾਇਆ ਕਿੱਥੋਂ ਹੋਣਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਨਾ ਹੁੰਦਾ ਸੋਹਣਾ ਵਾਹ ਜੀ ਵਾਹ ਸੁਭਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਆਇਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਜੇ ਤੁਹਾਡੇ ਨਾਲ ਸੰਪਰਕ ਕਿਸੇ ਨੇ ਕਰਨਾ ਹੋਵੇ ਤਾਂ ਫੋਨ ਨੰਬਰ ਜ਼ਰੂਰ ਆਪਣਾ 6392-9095-75 6392-9095-75 ਚਮਕੌਰ ਸਰਗਮ ਹਾਂ ਤੇ ਪਿੰਡ ਤੁਹਾਡਾ ਜਿਹੜਾ ਹੈਗਾ ਪਿੰਡ ਬੇੜਤਲਾ ਬਸਤੀ ਨੰਬਰ 4 ਜੀ ਤਾਂ ਦੋਸਤੋ ਇਹ ਬਾਈ ਜੀ ਦਾ ਨੰਬਰ ਹੈ ਤੇ ਇਹਨਾਂ ਦਾ ਐਡਰੈਸ ਵੀ ਤੁਹਾਨੂੰ ਅਸੀਂ ਦੱਸਤਾ ਜੇ ਤੁਹਾਨੂੰ ਲੱਗਦਾ ਹੈ ਕਿ ਬਾਈ ਜੀ ਅੱਗੇ ਕੁਛ ਕਰ ਸਕਦੇ ਨੇ ਤੁਹਾਨੂੰ ਲੱਗਦਾ ਇਹਨਾਂ ਦੀ ਆਵਾਜ਼ 'ਚ ਦਮ ਹੈਗਾ ਤਾਂ ਪਲੀਜ਼ ਇਹਨਾਂ ਨੂੰ ਜ਼ਰੂਰ ਸੰਪਰਕ ਕਰਿਓ ਕਿਉਂਕਿ ਅਜਿਹੇ ਜਿਹੜੇ ਲੋਕ ਨੇ ਨਾ ਜਿਨ੍ਹਾਂ ਦੇ ਟੈਲੈਂਟ ਹੁੰਦਾ ਰਹਿ ਜਾਂਦੇ ਨੇ ਪਿੱਛੇ ਪਰ ਅੱਗੇ ਲਿਜਾਣ ਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ